ਕੀ ਨਾਮ ਹੈ? ਹਾਂਜੀ ਸਰ, ਮੇਰਾ ਨਾਮ ਅਮਨਦੀਪ ਕੌਰ ਹੈ, ਪਿੰਡ ਲਾਲ ਕਲਾਂ ਤੋਂ। ਤੇ ਆਪਾਂ ਸਾਡੇ ਬੱਚੇ MAM ਸਕੂਲ ਸਮਰਾਲਾ ਬੱਚੇ ਪੜ੍ਹਦੇ ਆ, ਤੇ ਅਸੀਂ ਸਾਰੇ ਪੇਰੈਂਟਸ ਇੱਕ ਹੋਏ ਵੇ ਆ। ਤੇ ਸਾਡਾ ਗਰੁੱਪ ਦਾ ਨਾਮ ਹੈਗਾ ਏ ਗੁਰੂ ਨਾਨਕ ਦੇਵ ਵੈਲਫੇਅਰ ਸੰਸਥਾ ਸਮਰਾਲਾ। ਤੇ ਅਸੀਂ ਸਰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਹਰ ਸਕੂਲ ਦੇ ਵਿੱਚ ਨਾ ਚੱਲਦਾ ਸੀ ਕਿ ਹਰ ਸਾਲ ਆਪਣਾ ਕਹਿੰਦੇ ਆ ਸਿਲੇਬਸ ਚੇਂਜ ਹੁੰਦਾ ਨਾ, ਹਰ ਸਾਲ ਬੁੱਕਸ ਨਵੀਂ ਆਪਾਂ ਨੂੰ ਲੈਣੀਆਂ ਪੈਂਦੀਆਂ। ਤੇ ਅਸੀਂ ਹੁਣ ਸਾਰੇ ਪੇਰੈਂਟਸ ਨੇ ਇਕੱਠੇ ਹੋ ਕੇ ਇੱਕਾ ਕੀਤਾ ਹੈ ਕਿ ਅਸੀਂ ਹਰ ਸਾਲ ਇਹ ਬੁੱਕ ਹਰ ਮਤਲਬ ਕਿ ਨਹੀਂ ਅਸੀਂ ਚੇਂਜ ਹੋਣ ਦੇਣਾ ਸਿਲੇਬਸ। ਅਸੀਂ ਹੁਣ ਸਾਰੇ ਪੇਰੈਂਟਸ ਨੇ ਇਹ ਇੱਕਾ ਕੀਤਾ ਹੈ ਕਿ ਜਿਹੜੇ ਬੱਚੇ ਜਿਹੜੀ ਕਲਾਸ ਪਾਸ ਕਰ ਚੁੱਕੇ ਨੇ ਅਸੀਂ ਉਹ ਬੁੱਕਸ ਪਹਿਲੇ ਬੱਚਿਆਂ ਨੂੰ ਅਸੀਂ ਦੇ ਸਕੀਏ। ਹੁਣ ਘੱਟੋ ਘੱਟ ਆਪਣੇ ਕੋਲ 800 ਸੈੱਟ ਸਾਰੇ ਮਤਲਬ ਪੁਰਾਣੇ ਸੈੱਟ ਚਲੇ ਗਏ ਪੇਰੈਂਟਸ ਕੋਲ, ਮਤਲਬ ਕਿ ਹੁਣ ਆਪਾਂ ਨੂੰ ਬੁੱਕਸ ਦਾ ਕੋਈ ਖਰਚਾ ਨਹੀਂ ਮਤਲਬ ਦੇਣਾ ਪੈਂਦਾ। ਇਸ ਲਈ ਅਸੀਂ ਪੁਰਾਣੀਆਂ ਬੁੱਕਸ ਅਸੀਂ ਯੂਜ ਕਰ ਸਕਦੇ, ਹੁਣ ਸਾਨੂੰ ਹਰ ਸਾਲ ਬੁੱਕਸ ਨਹੀਂ ਨਵੀਆਂ ਲੈਣੀਆਂ ਪੈਣਗੀਆਂ। ਅਤੇ ਇਸ ਵਿੱਚ ਸਾਡੇ ਸਰ ਪ੍ਰਿੰਸੀਪਲ ਸਰ ਹੈਗੇ ਨੇ ਅੰਮ੍ਰਿਤ ਪ੍ਰਕਾਸ਼ ਸਿੰਘ, ਅਤੇ ਉਹ ਸਾਡੇ ਸਾਰੇ ਪੇਰੈਂਟਸ ਦਾ ਬਹੁਤ ਸਾਥ ਦੇ ਰਹੇ ਨੇ, ਅਤੇ ਅਸੀਂ ਉਹ ਸਾਡੀ ਹਰ ਗੱਲ ਨਾਲ ਸਹਿਮਤ ਨੇ। ਅਤੇ ਇਸ ਲਈ ਅਸੀਂ ਸਾਰੇ ਪੇਰੈਂਟਸ ਇਕੱਠੇ ਹੋਏ ਕਿ ਜੋ ਸਾਰੇ ਪੇਰੈਂਟਸ ਚਾਹੁੰਦੇ ਨੇ ਉਹ ਸਰ ਸਾਡਾ ਸਾਥ ਦੇਣ। ਅਤੇ ਅਸੀਂ ਪ੍ਰਿੰਸੀਪਲ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਹਰ ਗੱਲ ਦੇ ਵਿੱਚ ਸਹਿਮਤ ਹੁੰਦੇ ਆ। ਮੈਮ, ਜਿਵੇਂ ਵੀ ਕੋਈ ਕਲਾਸ ਵਾਲਾ ਸਟੂਡੈਂਟ ਤੁਹਾਡੇ ਕੋਲ ਪੇਰੈਂਟਸ ਆਉਂਦੇ ਨੇ ਬੁੱਕਸ ਲੈਣ, ਤਾਂ ਉਹਨਾਂ ਨੂੰ ਪ੍ਰੋਵਾਈਡ ਕਿੱਦਾਂ ਕਰਦੇ ਹੋ, ਪੇਮੈਂਟ ਲੈਂਦੇ ਹੋ ਜਾਂ? ਹਾਂਜੀ ਸਰ, ਇਹ ਅਸੀਂ ਨਾ ਆਪਣੇ ਪੇਰੈਂਟਸ ਸਾਰੇ ਇਕੱਠੇ ਹੋਏ, ਸਾਡਾ ਜਿਹੜਾ ਗਰੁੱਪ ਬਣਿਆ ਉਹਨਾਂ ਵਿੱਚ ਇੱਕ ਵੀਰ ਜੀ ਨੇ ਆਪਣੇ ਦਮ 'ਤੇ ਮਤਲਬ ਦੁਕਾਨ ਦੇ ਵਿੱਚ, ਸੋਨੂੰ ਭਾਜੀ ਨੇ ਆਪਣੀ ਦੁਕਾਨ ਦੇ ਵਿੱਚ ਇਹ ਬੈਂਕ ਬੁੱਕ ਬੈਂਕ ਬਣਾਈ ਆ ਅਸੀਂ ਰਲ ਕੇ। ਅਤੇ ਸਾਰਿਆਂ ਪੇਰੈਂਟਸ ਨੂੰ ਕੰਟੈਕਟ ਕਰਦੇ ਹਾਂ ਕਿ ਜਿਨ੍ਹਾਂ ਕੋਲ ਪੁਰਾਣੀਆਂ ਬੁੱਕਸ ਹੈਗੀਆਂ ਉਹ ਆਪਣੀਆਂ ਸ਼ੋਪ 'ਤੇ ਜਮ੍ਹਾਂ ਕਰਵਾ ਜਾਣ, ਅਤੇ ਜਿਨ੍ਹਾਂ ਨੂੰ ਚਾਹੀਦੀਆਂ ਨੈਕਸਟ ਸੀਜ਼ਨ ਦੀਆਂ ਉਹ ਸਾਡੇ ਤੋਂ ਲਿਜਾ ਸਕਦੇ ਨੇ। ਇਸ ਲਈ ਸਾਰੇ ਪੇਰੈਂਟਸ ਵੀ ਸਾਡਾ ਸਾਥ ਦੇ ਰਹੇ, ਜਿਨ੍ਹਾਂ ਨੂੰ ਲੋੜਵੰਦ ਜਿਹੜੇ ਪੇਰੈਂਟਸ ਹੈਗੇ ਨੇ ਉਹ ਸਾਤੋਂ ਬੁੱਕਸ ਲਿਜਾ ਚੁੱਕੇ ਨੇ, 800 ਬੁੱਕਸ ਸੈੱਟ ਅਸੀਂ ਦੇ ਚੁੱਕੇ ਹਾਂ। ਹਾਂਜੀ ਹਾਂ, ਨਹੀਂ ਸਰ ਬਿਲਕੁਲ ਫ੍ਰੀ, ਬਸ ਇਹ ਕਰ ਰਹੇ ਕਿ ਜਿਨ੍ਹਾਂ ਕੋਲ ਹੈਗੀਆਂ ਬੁੱਕਸ ਪੁਰਾਣੇ ਸੈੱਟ ਉਹ ਆਪਣਾ ਜਮ੍ਹਾਂ ਕਰਵਾ ਦਿਓ, ਅਤੇ ਜਿਨ੍ਹਾਂ ਨੂੰ ਲੋੜ ਅਨੁਸਾਰ ਜਿਹੜੀ ਕਲਾਸ ਦਾ ਚਾਹੀਦਾ ਉਹ ਸਾਤੋਂ ਲਿਜਾ ਸਕਦੇ ਨੇ। ਹਾਂਜੀ ਮੈਡਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ, ਮੇਰਾ ਨਾਮ ਕੁਲਵਿੰਦਰ ਕੌਰ ਹੈ, ਅਸੀਂ ਗੁਰੂ ਨਾਨਕ ਦੇਵ ਜੀ ਫੈਲਵੇਅਰ ਸੰਸਥਾ ਸਮਰਾਲਾ ਤੋਂ ਬੋਲ ਰਹੇ ਹਾਂ। ਅਸੀਂ ਸਕੂਲ ਲਈ ਇਹ ਉਪਰਾਲਾ ਕੀਤਾ ਹੈ ਕਿ ਇੱਕ ਤਾਂ ਦੇਖੋ ਜੀ ਲੋਕਡਾਊਨ 'ਚ ਹੁਣ ਪਿਛਲੇ ਸਾਲ ਸਭ ਦੇ ਹਾਲ ਮੰਦੇ ਸੀ, ਵੀ ਇੱਕ ਤਾਂ ਅਸੀਂ ਫੀਸ ਦਾ ਕੀਤਾ ਹੈ ਕਿ ਅਸੀਂ 70% ਟਿਊਸ਼ਨ ਫੀਸ ਹੀ ਦਈਏ, ਉਹ ਅਸੀਂ ਪੇਰੈਂਟਸ ਦਾ ਸਾਥ ਦਿੱਤਾ ਹੈ। ਦੂਸਰਾ ਅਸੀਂ ਬੁੱਕਸ ਦਾ ਕੀਤਾ ਹੈ ਕਿ ਬੁੱਕਸ ਦੇ ਸੈੱਟ 10,000 8,000 ਇੱਦਾਂ ਮਿਲ ਰਹੇ ਨੇ ਕਿ ਉਹਨਾਂ ਨੂੰ ਅਸੀਂ ਫ੍ਰੀ ਇੱਕ ਦੂਸਰੇ ਸੈੱਟ ਪੇਰੈਂਟਸ ਨੂੰ ਪਹੁੰਚਾ ਰਹੇ ਹਾਂ ਤਾਂ ਕਿ ਕੋਈ ਬੱਚਾ ਵੀ ਪੜ੍ਹਾਈ ਤੋਂ ਬਗੈਰ ਰਹਿ ਨਾ ਸਕੇ। ਅਤੇ ਇਹਦੇ ਵਿੱਚ ਸਾਡੇ ਪ੍ਰਿੰਸੀਪਲ ਨੇ MAM ਸਕੂਲ ਦੇ ਪ੍ਰਿੰਸੀਪਲ ਨੇ ਸਾਡਾ ਬਹੁਤ ਸਾਥ ਦਿੱਤਾ ਹੈ, ਉਹ ਹਰ ਕੋਈ ਗੱਲ 'ਚ ਸਾਡੇ ਨਾਲ ਹੁੰਦੇ ਸੀ ਤਾਂ ਹੀ ਅਸੀਂ ਸਭ ਕੁਛ ਕਰ ਸਕੇ ਹਾਂ। ਹਾਂਜੀ ਹਾਂਜੀ, ਬਸ ਜੋ ਬੱਚਾ ਪਿਛਲੇ ਸਾਲ ਪਾਸ ਕਰ ਚੁੱਕਿਆ ਕਲਾਸ ਉਹ ਆਪਣੀ ਬੁੱਕਸ ਦੇ ਜਾਂਦਾ ਹੈ, ਅਤੇ ਜੋ ਉਹਨੂੰ ਜ਼ਰੂਰਤ ਹੁੰਦੀ ਹੈ ਉਹ ਬੁੱਕਸ ਉਹ ਲੈ ਜਾਂਦਾ ਹੈ। ਹਾਂਜੀ, ਇਹ ਵੀ ਕੀਤਾ ਕਿ ਦੇਖੋ ਹਰ ਸਾਲ ਸਿਲੇਬਸ ਚੇਂਜ ਹੋ ਜਾਂਦਾ ਹੈ ਤਾਂ ਬੱਚਿਆਂ ਨੂੰ ਬੁੱਕਸ ਹਰ ਸਾਲ ਲੈਣੀ ਪੈਂਦੀ ਆ। ਇੱਕ ਘਰ ਵਿੱਚ ਕਈ ਵਾਰ ਦੋ ਬੱਚੇ ਹੁੰਦੇ, ਅੱਗੇ ਪਿੱਛੇ ਕਲਾਸ ਹੁੰਦੀ ਹੈ ਤਾਂ ਉਹਨਾਂ ਨੂੰ ਸੈੱਟ ਨਵੇਂ ਲੈਣੇ ਪੈਂਦੇ ਆ। ਸਾਨੂੰ ਇਹ ਕਿ ਉਹ ਹੈਲਪ ਹੋ ਜਾਵੇ, ਇੱਕ ਬੱਚਾ ਸਟੱਡੀ ਕਰ ਚੁੱਕਿਆ ਉਹ ਦੂਸਰੇ ਦੇ ਕੰਮ ਆ ਜਾਵੇ। ਸਿਲੇਬਸ ਚੇਂਜ ਨਾ ਹੋਣ ਦਾ ਇਹੀ ਕਾਰਨ ਸੀਗਾ ਕਿ ਬੱਚੇ ਇੱਕ ਦੂਸਰੇ ਦੀ ਬੁੱਕਸ ਚੇਂਜ ਯੂਜ ਕਰ ਸਕਣ ਤਾਂ ਖਰਚਾ ਬਚੇ, ਜੋ ਕਿ ਲੋਕਡਾਊਨ 'ਚ ਸਭ ਦਾ ਹਾਲ ਬੁਰਾ ਸੀ। ਚਲੋ ਵੀ ਹਾਂ, ਸਾਡੇ ਤੋਂ ਇਹ ਕਿ ਜਿੰਨੀ ਅਸੀਂ ਹੈਲਪ ਕਰ ਸਕਦੇ ਹਾਂ ਕਿਸੇ ਦੀ, ਅਸੀਂ ਇਸ ਥਰੂ ਹੈਲਪ ਕਰੀਏ ਪੇਰੈਂਟਸ ਦੀ। ਸਾਡਾ ਸਾਰੇ ਪੇਰੈਂਟਸ ਨੇ ਵੀ ਬਹੁਤ ਸਾਥ ਦਿੱਤਾ ਹੈ, ਪ੍ਰਿੰਸੀਪਲ ਜੀ ਨੇ ਵੀ ਬਹੁਤ ਸਾਥ ਦਿੱਤਾ ਹੈ, ਮਤਲਬ ਸਾਰੇ ਸਾਨੂੰ ਬਲੈਸਿੰਗ ਦੇ ਰਹੇ ਨੇ ਕਿ ਤੁਸੀਂ ਇਹ ਕੰਮ ਜੋ ਕਰ ਰਹੇ ਹੋ ਬਹੁਤ ਚੰਗਾ ਕਰ ਰਹੇ ਹੋ। ਹਾਂਜੀ, ਮੈਂ ਹਰਜੀਤ ਕੌਰ, ਪਿੰਡ ਕਕਰਾਲਾ ਖੁਰਦ, ਮੇਰੇ ਬੱਚੇ MAM ਸਕੂਲ 'ਚ ਪੜ੍ਹਦੇ ਸੀ। ਮੈਂ ਗੁਰੂ ਨਾਨਕ ਦੇਵ ਵੈਲਫੇਅਰ ਸੰਸਥਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜੋ ਇਹਨਾਂ ਨੇ ਸਾਡੀ ਹੈਲਪ ਕੀਤੀ, ਬੁੱਕਸ ਸਾਨੂੰ ਪ੍ਰੋਵਾਈਡ ਕੀਤੀਆਂ, ਅਤੇ ਅੱਗੇ ਵੀ ਹੋਰ ਨੂੰ ਵੀ ਇੱਦਾਂ ਦੇ ਕੰਮ ਕਰਨੇ ਚਾਹੀਦੇ ਆ ਤਾਂ ਜੋ। ਹਾਂਜੀ, ਇਹ ਬੁੱਕਸ ਜੋ ਦਿੱਤੀਆਂ ਉਹ ਫ੍ਰੀ ਆਫ ਕੋਸਟ ਦਿੱਤੀਆਂ ਸਾਨੂੰ, ਸਾਤੋਂ ਕੋਈ ਪੈਸਾ ਨਹੀਂ ਲਿਆ ਗਿਆ, ਕੋਈ ਚਾਰਜ ਨਹੀਂ ਲਿਆ ਗਿਆ, ਸਾਨੂੰ ਸਪੈਸ਼ਲ ਫੋਨ ਕਰਕੇ ਹੀ ਸਾਨੂੰ ਬੁਲਾਇਆ ਗਿਆ ਹੈ। ਅਤੇ ਮੈਂ ਚਾਹੁੰਦੀ ਹਾਂ ਵੀ ਇੱਦਾਂ ਹੋਰ ਵੀ ਜ਼ਿਆਦਾ, ਮੈਂ ਥਰਡ ਕਲਾਸ ਦੀਆਂ ਬੁੱਕਸ ਲਈਆਂ। ਪਹਿਲਾਂ ਦੀ ਗੱਲ ਕਰੀਏ ਤਾਂ ਜੇ ਜਦੋਂ ਕਲਾਸ ਚੇਂਜ ਹੁੰਦੀ ਹੈ ਤਾਂ ਕਿੰਨੇ ਕੁ ਪੈਸੇ ਖਰਚ ਹੋ ਜਾਂਦੇ ਆ? ਪਹਿਲੇ 4,200 ਜਾਂ 3,700 ਇੱਦਾਂ।
ਤੇ ਕਾਪੀਆਂ ਸਾਨੂੰ ਐਕਸਟਰਾ ਦਿੱਤੀਆਂ ਜਾਂਦੀਆਂ। ਹਾਂਜੀ ਬਿਲਕੁਲ ਸੇਫ ਹੈ। ਔਰ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜੋ ਇਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ। ਅੱਗੇ ਵੀ ਇਹ ਕਰਨ, ਮੈਂ ਇਹੀ ਚਾਹਾਂਗੀ।